जिन्हें अपना परलोक सवार लिया ना लोक ओहदा अपने आप सुधर जाना। ओ जिस बंदे नूं पता मैं जगत नूं छड्ड के तुर जाना ओ दूजे दी चोरी क्यों करेगा। वाहिगुरु। इस करके गुरु के सिखो नेकियां खट के नाम जप के सिमरन करके अपने मनुखे जन नूं सवला बनाइए। ओ लैणा कलगीधर पातशाह महाराज पापी औरंगजेब नूं लिख रहा दीने कांगड़ दे मकाम ते बह के ते जो मरने बचन लिखे ओ औरंगजेब नूं सारा चेता कराया। ਉਹਨੇ ਝੂਠੀਆਂ ਕਸਮਾਂ ਤੋੜ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਤੇ ਆਪਣੇ ਜਰਨੇਲਾਂ ਤੋਂ ਹਮਲਾ ਕਰਾਇਆ। ਚਮਕੌਰ ਦੀ ਗੜੀ ਵਿੱਚ ਕਿਸ ਤਰ੍ਹਾਂ ਸਤਿਗੁਰੂ ਨੂੰ 10 ਲੱਖ ਨੇ ਘੇਰਾ ਪਾਇਆ। ਮਹਾਰਾਜ ਜ਼ਿਕਰ ਕਰਕੇ ਲਿਖ ਰਿਹਾ ਗੁਰਸ਼ਮੇ ਚੇ ਕਾਰੇ ਕੁਨਦ ਚੇਲ ਨਰ ਕੇ 10 ਲੱਖ ਆਏ ਮਰਿਆ ਬੇਖਬਰ ਬੇਖਬਰ। ਔਰੰਗਜ਼ੇਬ ਉਹ ਤੂੰ ਉਹਨਾਂ 40 ਤੇ 10 ਲੱਖ ਚੜਦਾ ਹੀ ਵਾਹਿਗੁਰੂ ਜਿਨ੍ਹਾਂ ਦੇ ਪੈਰਾਂ ਵਿੱਚ ਜੋੜਾ ਨਹੀਂ ਬੰਦੂਕਾਂ 'ਚ ਬਰੂਦ ਨਹੀਂ ਤੇ ਪੇਟ 'ਚ ਰੋਟੀ ਨਹੀਂ ਤੇ ਤੂੰ ਮੈਨੂੰ ਦੱਸਿਆ ਵੀ ਨਹੀਂਗਾ। ਉਹ ਤੈਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਸੀ। ਤੇਰੇ ਵੱਡੇ ਵੱਡੇ ਜਰਨੈਲ ਚੜ ਕੇ ਆਏ ਨਾਰ ਖਾਨ ਵਰਗੇ ਜਿਨ੍ਹਾਂ ਦਾ ਸਤਿਗੁਰੂ ਨੇ ਜ਼ਫਰਨਾਮੇ ਜ਼ਿਕਰ ਕਰਕੇ ਭੇਜਿਆ ਚੁਦੀਦਨ ਕੇ ਨਾਹਰ ਬਯਾਮਤ ਬਯੰਗ ਚੁਸ਼ੀਦਨ ਜਕੇ ਤੀਰ ਤਨ ਬੇਜੰਗ। ਔਰੰਗਜ਼ੇਬ ਤੇਰਾ ਜਰਨੈਲ ਚੜ ਕੇ ਆਇਆ ਇੱਕ ਤੀਰ ਵੱਜਾ ਉਹ ਲੋਹ ਵਿੱਚ ਡੁੱਬ ਗਿਆ ਸੱਚ ਹੈ ਦੂਜੇ ਦੀ ਗਿੱਜੀ 'ਚ ਛੱਡਿਆ ਉਹ ਸਦਾ ਦੀ ਨੀਂਦ ਸੌਂ ਗਿਆ। ਇੱਕ ਹੋਰ ਬੜਾ ਹੰਕਾਰਿਆ ਜਰਨੈਲ ਪਠਾਣਾ ਦਾ ਮੁੰਡਾ ਮਲੇਰਕੋਟ ਦੇ ਰਹਿਣ ਵਾਲਾ ਖਵਾਜਾ ਮਰਦੂਦ ਅਲੀ ਮਰਦੂਦ ਕਿਹਾ ਤਨਖਾਹ ਜਾ ਡੰਡਿਆ ਦੂਜੇ ਤੇ ਤੀਰ ਖਾ ਕੇ ਡਿੱਗੇ ਸੀ ਨਾ ਇਹ ਵੇਖ ਕੇ ਤੇ ਪਿਛਾਂ ਨੂੰ ਭੱਜੇ ਪਿਛਾਂ ਨੂੰ ਵਜ਼ੀਰ ਖਾਨ ਦਾ ਉਹ ਗਾਰ ਹੁੰਦਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਫੜਨਾ ਆਂਦਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਫੜ ਲੈਣਾ ਨਾ ਤੇ ਤੁਹਾਡੇ ਵਸ ਦੀ ਗੱਲ ਆ ਨਾ ਮੇਰੇ ਵਸ ਦੀ ਗੱਲ ਆ ਜੇ ਤੁਹਾਨੂੰ ਮੈਂ ਤੁਰਿਆ ਫਿਰਦਾ ਚੰਗਾ ਨਹੀਂ ਲੱਗਦਾ ਤੇ ਮੈਂ ਵੀ ਪੌੜੀ ਚੜ ਜਾਂਦਾ ਦੇਖਿਆ ਫਿਰ ਹੋਗਾ। ਜਦੋਂ ਇਹ ਪੌੜੀ ਚੜਿਆ ਨਾ ਦੂਜੇ ਤੇ ਤੀਰ ਖਾ ਕੇ ਡਿੱਗੇ ਸੀ ਜਦੋਂ ਮਰ ਨੂੰ ਥਾਂ ਤੋਂ ਥੋੜਾ ਜਿਹਾ ਤਾਹ ਹੋ ਕੇ ਬੁਰਜ ਵਿੱਚ ਬੈਠਿਆ ਵੇਖਿਆ ਨਾ ਵਾਹ ਵਾਹ ਇਹ ਇਤਰਾ ਛੇ ਗਿਆ ਇਤਰਾ ਛੇ ਗਿਆ ਉਹ ਜਿਤਰਾ ਕਬੂਤਰ ਬਾਜ ਨੂੰ ਵੇਖ ਕੇ ਛੇ ਜਾਂਦਾ। ਵਾਹਿਗੁਰੂ। ਹੱਥ ਸ੍ਰੀ ਅਕਾਲ ਮਾਰੇ ਲਿਖ ਕੇ ਕਹਿੰਦੇ ਦਰੇਗਾ ਅਗਰੋ ਰੂਏ ਦੀਦ ਮੈਂ ਬਯਕ ਬਯਕ ਤੀ ਲਾਚਾਰ ਬਖਸ਼ੀਦ ਮੈਂ ਉਹ ਤੇਰਾ ਜਨੈ ਥੋੜਾ ਜਿਹਾ ਰੰਗਿਆ ਤਾਂ ਹੋ ਜਾਂਦਾ ਨਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ ਸੱਚ ਹੈ। ਜਦੋਂ ਮਹਾਰਾਜ ਦੇ ਕਰਾਰੇ ਬੋਲ ਪੜੇ ਨਾ ਰੰਗੇ ਨੇ ਫਿਰ ਉਹਦੇ ਸਰੀਰ ਦੀ ਸਦਾ ਖਤਮ ਹੋ ਗਈ ਸੀ ਮੰਜੇ ਤੋਂ ਉੱਠ ਨਾ ਸਕਿਆ। ਜ਼ਫਰਨਾਮਾ ਤੇ ਪੜ੍ਹ ਲਿਆ ਉਸ ਚਿੱਠੀ ਦੇ ਥੱਲੇ ਲਿਖਿਆ ਸੀ ਹੁਣ ਬੋਲ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਤੇ ਔਰੰਗਜ਼ੇਬ ਸ਼ਰਮ ਦਾ ਮਾਰਾ ਫਤਿਹ ਨਹੀਂ ਸੀ ਬੁਲਾਉਂਦਾ ਕੋਈ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਅਜ਼ਮਤ ਨੂੰ ਜਾਣਦਾ ਸੀ ਉਹਨੇ ਆਖਿਆ ਹੁਣ ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੇਰੀ ਜਾਨ ਸੌਖੀ ਨਿਕਲ ਜੂਗੀ। ਉਦੋਂ ਤੇ ਇੱਕ ਰੰਗਾ ਸੀ ਨਾ ਹੁਣ ਕਈ ਰੰਗੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਤੇ ਹੋਏ ਆ ਖੇੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁੱਟਣਾ ਹੋਵੇ ਰੰਗੇ ਦਾ ਨੀ ਛੁੱਟਿਆ ਕਿਹੜੇ ਬਾਗ ਦੀ ਮੂਲੀ ਆ। ਵਾਹ ਵਾਹ। ਜਿਹਦਾ ਜਨਮੀ ਖੰਡੇ ਦੀ ਧਾਰ ਵਿੱਚ ਹੋਇਆ ਹੋਵੇ ਉਹਨੂੰ ਮਾਰੇਗਾ ਕੌਣ। ਵਾਹ ਵਾਹ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਖਾਲਸਾ ਪਰਮਾਤਮ ਕੀ ਮੌਜ ਮੌਜ ਇਹ ਮੇਰੇ ਪਰਮਾਤਮਾ ਦੀ ਮਰਜ਼ੀ ਸੀ ਉਹਨੇ ਖਾਲਸਾ ਪੈਦਾ ਕੀਤਾ। ਵਾਹ ਵਾਹ। ਸਿੱਖੋ ਸਭ ਤੋਂ ਛੋਟੀ ਕੌਮ ਤੇ ਸਭ ਤੋਂ ਵੱਡਾ ਜ਼ੁਲਮ ਸਾਡੇ ਤੇ ਕੀਤੇ ਗਏ ਪਰ ਸਿੱਖੋ ਅਜੇ ਵੀ ਉਸੇ ਤਰ੍ਹਾਂ ਛਾਤੀਆਂ ਤਾੜ ਕੇ ਜ਼ੁਲਮਾਂ ਦੇ ਗੜੀ ਜ਼ਾਲਮ ਦੇ ਗੜੀ ਖੜੇ ਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ। ਜੀਓ। ਮਹਾਰਾਜ ਕਹਿਣ ਲੱਗੇ ਉਹ ਰੰਗਿਆ ਤੂੰ ਮੇਰੇ 4 ਪੁੱਤਰ ਸ਼ਹੀਦ ਕਰਕੇ ਧਿਆਨ ਆ ਵੀ ਮੈਂ ਇਹਨੂੰ ਖਤਮ ਕਰਦਾ।
ਰੱਬ ਜਿਸਦਾ ਯਾਰ ਹੈ ਉਸ ਨੂੰ ਕੀ ਫਿਕਰ ਜਿਸਦਾ ਰੱਬ ਪਹਿਰੇਦਾਰ ਹੈ ਤੂੰ ਹਵਾ ਵੀ ਨਹੀਂ ਛੂ ਸਕਦਾ ਕੋ ਬਿੰਦ ਦੀ ਬਸ ਫੁੱਗ ਨਿਕਲੀ ਹੀ ਸਮਝੋ ਬਾਦਸ਼ਾਹੀ ਹਿੰਦ ਦੀ ਚਾਦਰ ਪੇੜੇ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਖੇਰ ਬੱਬਰ ਖਾਲਸਾ ਸੱਚ ਦਾ ਝੰਡਾ ਮੈਂ ਤੇਰੇ ਤਖਤਾਂ ਉੱਤੇ ਕੱਟ ਕੇ ਰਾਮਲੀ ਕਾ ਨਵਾਂ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ